ਬਾਬਾ ਬਕਾਲਾ ਸਬ ਡਿਵੀਜ਼ਨ ਦੇ ਪਿੰਡ ਜੋਧੇ ਵਿਖੇ ਵਿਦੇਸ਼ੋਂ ਪਰਤੇ ਇੱਕ ਨੌਜਵਾਨ ਦਾ ਬੀਤੀ ਰਾਤ ਉਸਦੇ ਘਰ ਬਾਰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਕੁਲਵੰਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਜੋਧੇ ਦੇ ਰੂਪ ਵਿੱਚ ਹੋਈ ਹੈ ਅਤੇ ਉਹ ਕੁਝ ਦਿਨ ਪਹਿਲਾਂ ਅਮਰੀਕਾ ਤੋਂ ਵਾਪਸ ਆਪਣੇ ਪਿੰਡ ਪਰਤਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਮੋਟਰਸਾਈਕਲ 'ਤੇ ਸਵਾਰ ਤਿੰਨ ਵਿਅਕਤੀ ਕੁਲਵੰਤ ਸਿੰਘ ਦੇ ਘਰ ਬਾਰ ਆਏ ਅਤੇ ਉਹਨਾਂ ਨੇ ਉਸ ਨੂੰ ਆਵਾਜ਼ ਮਾਰੀ। ਜਦੋਂ ਕੁਲਵੰਤ ਸਿੰਘ ਘਰੋਂ ਬਾਹਰ ਨਿਕਲਿਆ ਤਾਂ ਉਹਨਾਂ ਨੇ ਉਸ 'ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। ਕੁਲਵੰਤ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਲਿਆਂਦਾ ਗਿਆ ਜਿੱਥੇ ਜ਼ਖਮਾਂ ਦੀ ਤਾਬ ਨਾਲ ਚੱਲਦਿਆਂ ਉਸ ਨੇ ਦਮ ਤੋੜ ਦਿੱਤਾ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ। ਅੱਜ ਇਹ ਸਾਡਾ ਮਿੱਤਰ ਅਮਰੀਕਾ ਤੋਂ ਆਇਆ ਸੀ 10-11 ਤਰੀਕ ਨੂੰ ਜੀ, ਇੱਥੇ ਪਿੰਡ ਜੋਧੇ 10 ਦਿਨ ਤਕਰੀਬਨ ਪਿੰਡ ਰਿਹਾ ਜੀ। ਰਾਤੀ ਤਕਰੀਬਨ 7:15 ਤੋਂ 7:30 ਵਜੇ ਵਿੱਚ ਕੋਈ ਅਣਪਛਾਤੇ ਵਿਅਕਤੀ ਆਏ, 3 ਆਦਮੀ ਮੋਟਰਸਾਈਕਲ ਦੇ ਸਵਾਰ, ਕਾਲੇ ਮੋਟਰਸਾਈਕਲ ਦੇ ਉੱਤੇ। ਉਹਨਾਂ ਅੰਨੇਵਾਹ ਫਾਇਰਿੰਗ ਕਰਤੀ ਹੈ ਜੀ। ਉਹ ਨਾਲ ਦੀ ਨਾਲ ਹੀ ਜਦੋਂ ਅਸੀਂ ਬਾਬਾ ਕਾਲੇ ਹੋਸਪਿਟਲ ਲੈ ਕੇ ਪਹੁੰਚੇ ਹਾਂ ਤਾਂ ਉਹਨਾਂ ਇਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜੀ। ਕੁਲਵੰਤ ਸਿੰਘ ਜੀ, ਸਰਦਾਰ ਬਲਵਿੰਦਰ ਸਿੰਘ, ਇਹਨੂੰ ਤਕਰੀਬਨ 4.5 ਸਾਲ ਹੋ ਗਏ ਸੀ ਬਾਹਰ ਗਏ ਨੇ ਜੀ। ਇਹ ਅੱਜ ਤੋਂ 10-12 ਤਰੀਕ ਨੂੰ ਆਇਆ ਜੀ, 12 ਦਸੰਬਰ ਨੂੰ। ਇੱਥੇ ਕੋਈ ਦੁਸ਼ਮਣੀ ਨਹੀਂ ਇਹਨਾਂ ਦੀ, ਕੋਈ ਵੀ ਨਹੀਂ ਜੀ। ਬਿਲਕੁਲ ਘਰ ਦੇ ਦਰਵਾਜ਼ੇ ਦੇ ਅੱਗੇ ਘਟਨਾ ਵਾਪਰੀ ਹੈ ਜੀ। ਇਹਨੂੰ ਪਹਿਲਾਂ ਉਹ ਘਰ ਆਏ ਆ ਬੰਦੇ ਜਿਹੜੇ ਆਏ ਅਣਪਛਾਤੇ, ਉਹਨਾਂ ਪੁੱਛਿਆ ਕੁਲਵੰਤ ਸਿੰਘ ਕਿੱਥੇ ਗਿਆ, ਉਹਨੂੰ ਕੋਈ ਸਮਾਨ ਫੜਾਉਣਾ ਆ। ਜਦੋਂ ਉਹਨੇ ਇਹਦੇ ਭਤੀਜੇ ਨੇ ਫੋਨ ਕੀਤਾ, ਭਰਾ ਨੇ ਫੋਨ ਕੀਤਾ ਕਿ ਕੁਲਵੰਤ ਸਿੰਘ ਕਦੋਂ ਕਦੋਂ ਆ ਰਿਹਾ। ਇਹਨੇ ਕਿਹਾ 20 ਮਿੰਟ 'ਚ ਮੈਂ ਘਰ ਆ ਰਿਹਾ। ਜਦੋਂ ਘਰ ਪਹੁੰਚਿਆ ਆਪਣੀ ਗੱਡੀ ਰੋਕੀ ਆ, ਬਾਹਰ ਦਰਵਾਜ਼ੇ ਵੱਲ ਨੂੰ ਗਿਆ, ਉਹਨੇ ਅੰਨੇਵਾਹ ਫਾਇਰਿੰਗ ਕੀਤੀ ਆ ਅਤੇ ਨਾਲ ਦੀ ਨਾਲ ਉੱਥੇ ਹੀ ਡਿੱਗ ਪਿਆ ਜੀ।